ना नशे ने सुधाकर बरसने हैं। मजीठिया साहब तुसी उइयो सिद्धू साहब नू बोली जांदे हो, तुहाडा तां रोम रोम किसे ना किसे गंदगी दे नाल जुड़िया होया। ये कोई तरीका थोड़ा है तुसी साडे प्रधान नू करदे हो। तुसी नशे दे नाल जुड़े होए हो, तुसी नशे दे नाल जुड़े होए हो। मैं लादा कुर्सी दी अंकार च ना क्योंकि कॉम्प्रोमाइज ही है। मैं जे तां ठरमे वाले हुंदे ते सोच समझ के गल करदे। मेरे ते परसनल एलीगेशन लाए ड्रग दे। मैं सीएम साहब नू चैलेंज करदा, महीना हो गया थानू, वो सारे अफसर आके मैनू भी दसदे आ, तुसी सद सद उन्हां नू कहिंदे हो कि बिक्रम नू फड़ के अंदर दे दे, और वो कहिंदे आ कि किस गल ते। फिर जिहड़ी रिपोर्टां दी ये गल करदे आ, वेखो किड्डे चातरपणा। हुण कोर्ट हाई कोर्ट ने रिपोर्ट ते फैसला करना कि इहने करना, किहड़ा लीगल इहनां कोल एविडेंस है देन जे हैगा। ਐਵੇਂ ਤੁਸੀਂ ਸਮਝਦੇ ਹੋ ਕਿ ਤੁਸੀਂ ਧੱਕੇ ਨਾਲ ਜਿਹਨੂੰ ਮਰਜ਼ੀ ਕਰਦੇ ਹੋ। ਜਿਹੜੇ ਐਨ ਡੀ ਪੀ ਐਸ ਦੇ ਕੇਸਿਸ ਦੀ ਗੱਲ ਕਰਦੇ ਆ, ਉਹ ਕੇਸਿਸ 3 ਸਾਲ ਹੋ ਗਏ ਮੁੱਕੇ ਹੋਏ, 3 ਸਾਲ, ਮਗਰ ਧੱਕੇ ਨਾਲ। ਜਸਟ ਬਿਕੋਜ਼ ਤੁਹਾਡੀ ਰਾਜਨੀਤੀ ਹੈ, ਤੁਹਾਡੀ ਪੋਲੀਟਿਕਸ ਹੈ, ਔਰ ਤੁਸੀਂ ਸਮਝਦੇ ਹੋ ਤੁਸੀਂ ਮੈਨੂੰ ਦਬਾ ਲਓਗੇ। ਇਸ ਤਰ੍ਹਾਂ ਨਹੀਂ ਮਜੀਠੀਆ ਦਬਣ ਨਾਲ। ਆਈ ਚੈਲੰਜ ਦੈਮ, ਇਫ ਯੂ ਹੈਵ ਐਨੀ ਪ੍ਰੂਫ ਪੁੱਟ ਇਟ ਆਊਟ ਇਨ ਦਾ ਪਬਲਿਕ ਡੋਮੇਨ। ਤੁਹਾਡੀ ਆ ਬੀਬੀ ਕਹਿੰਦੀ ਹੈ ਨਾ ਨਵਜੋਤ ਕੌਰ ਸਿੱਧੂ, ਮੈਂ ਰਿਪੋਰਟ ਪੜ੍ਹੀ ਹੈ। ਫਿਰ ਬਣਾਈ ਤੂੰ ਰਿਪੋਰਟ? ਤਾਂ ਸੀਲਡ ਕਵਰ 'ਚ ਸੀ, ਤੂੰ ਕਿੱਥੋਂ ਪੜ੍ਹ ਲਈ? ਜਿਹੜੀਆਂ ਰਿਪੋਰਟਾਂ ਕਿਸੇ ਨੇ ਪੜ੍ਹੀਆਂ ਨਹੀਂ, ਇਹੀ ਮੈਂ ਗੱਲ ਕਹਿ ਰਿਹਾ ਸੀ ਕਿ ਇਹ ਰਿਪੋਰਟ ਪਾਰਦਰਸ਼ਨੀ ਨਹੀਂ ਬਣੀਆਂ। ਇਹ ਪੋਲੀਟੀਕਲ ਮਤਲਬ ਨਾਲ ਬਣਾਈ ਗਈ ਹੈ ਕਿ ਅਸੀਂ ਪੋਲੀਟੀਕਲ ਬਦਲਾਖੋਰੀ ਕਰਨੀ ਹੈ ਮੈਰਿਟ ਦੇ ਉੱਤੇ। ਸੱਚੇ ਪਾਤਸ਼ਾਹ 'ਤੇ ਮੈਨੂੰ ਵਿਸ਼ਵਾਸ ਹੈ, ਮੈਰਿਟ 'ਤੇ 9 ਸਾਲ ਹੋ ਗਏ ਜੀ। ਅੱਜ 2013 ਤੋਂ ਇਹ ਡਰਾਮਾ ਚੱਲਦਾ, 9 ਸਾਲ ਗੁਰੂ ਦੀ ਬਖਸ਼ਿਸ਼ ਨਾਲ ਹਰ ਜਗ੍ਹਾ। ਅੱਜ ਤੱਕ ਮੈਂ ਕਿਤੇ ਅਕਿਊਜ਼ ਤੱਕ ਨਹੀਂ ਬਣਿਆ। ਇਸ ਲਈ ਇਹ ਕੇਵਲ ਤੇ ਕੇਵਲ ਵੈਂਡੈਟਾ ਧੱਕਾ, ਔਰ ਇਹ ਸਮਝਦੇ ਕਿ ਜਿਹਨੂੰ ਮਰਜ਼ੀ ਗਾਣਾ ਕੱਢ ਕੇ ਚੁੱਪ ਕਰਾ ਦਾਂਗੇ। ਇਸ ਤਰ੍ਹਾਂ ਗੱਡੀ ਨਹੀਂ ਚੱਲਣੀ। ਲੋਕਾਂ ਦੀ ਗੱਲ ਕਰਦੇ ਹਾਂ, ਇੱਜ਼ਤ ਦਿੰਦੇ ਹਾਂ, ਇੱਜ਼ਤ ਪਾਲਦੇ ਹਾਂ। ਧੱਕੇਸ਼ਾਹੀ ਕੋਈ ਕਿਸੇ ਤਰੀਕੇ ਦੀ ਨਹੀਂ ਚੱਲੂਗੀ। ਪੋਲ ਖੋਲ ਜਾਰੀ ਰਹੂਗਾ, ਠੋਕ ਕੇ ਬੋਲਾਂਗੇ, ਭਾਵੇਂ ਸਵੇਰੇ ਫੜ ਕੇ ਅੰਦਰ ਦਿੰਦੀਆਂ ਸਰਕਾਰਾਂ। ਸਦਾਮ ਹੁਸੈਨ ਗਦਾਫੀ ਵਰਗੇ ਹੀ ਕਰਦੇ ਰਹੇ, ਤੁਸੀਂ ਵੀ ਦੇ ਦਿਓ। ਕਾਨੂੰਨ ਹੈ, ਉਸ ਤੋਂ ਬਾਅਦ ਤਾਂ ਕਾਨੂੰਨ ਪ੍ਰਵੇਲ ਕਰੂ।